ਬੁੱਲੇ ਸ਼ਾਹ ਦੀ ਨਗਰੀ ਦਾ ਬੁੱਲੇ ਸ਼ਾਹ ਜੇ ਇੱਟ ਖੜਕੇ ਅਤੇ ਤੁੱਕੜ ਵੱਜੇ ਅਤੇ ਸੱਤਾ ਹੋਵੇ ਚੁੱਲ੍ਹਾ, ਆਲ ਫਕੀਰ ਅਤੇ ਖਾ ਖਾ ਜਾਵਣ ਦੇ ਰਾਜ਼ੀ ਹੋਵੇ ਬੁੱਲ੍ਹਾ, ਉਹ ਲੰਗਰ ਖਵਾਓ ਲੋਕਾਂ ਨੂੰ, ਕਿਸੇ ਗਰੀਬ ਨੂੰ ਰੋਦੇ ਰਖਾ ਲਿਓ। ਇਹ ਗਰੰਟੀ ਨਾਲ ਮੈਂ ਕਹਿੰਦਾ ਪਿਆ, ਅੱਜ ਕਰੋ ਅੱਠਾਂ ਦਿਨਾਂ ਬਾਅਦ ਆਉਣਾ ਕਰੋ ਤਾਂ ਕਹਿੰਦਾ ਮੇਰੇ ਕੋਲ, ਤੁਹਾਨੂੰ ਆਪੇ ਪਤਾ ਲੱਗ ਗਿਆ ਕਿ ਬਾਬਾ ਸਹੀ ਕਰਨਾ। ਆਈ ਮੇਰੀ ਗੱਲ ਸਮਝ? ਇਸ ਤੋਂ ਅੱਗੇ ਦੂਸਰਾ ਰਹਿਮਾਨ ਰਹੀ, ਜਿਹੜੇ ਭੈਣ ਭਰਾ ਮੇਰੇ ਬੱਚੇ ਬੱਚੀਆਂ ਬੇਟੇ ਬੇਟੀਆਂ ਪੋਤਰੇ ਦੋਤਰੇ ਜਿਹੜੇ ਮੈਨੂੰ ਵੇਖਦੇ ਨੇ ਪੈ, ਉਹਨਾਂ ਸਾਰਿਆਂ ਨੂੰ ਅਸਲਾਮਾ ਲੈਕਮ। ਅੱਜ ਮੇਰੇ ਪੁੱਤਰ ਨੇ ਮੈਨੂੰ ਆ ਕੇ ਪੁੱਛਿਆ, ਬਾਬਾ ਤੂੰ ਇੰਨੇ ਦਰਖਤ ਲਾਈ ਬੈਠਾ, ਇਹਨਾਂ ਦਾ ਕਿਸੇ ਦਰਖਤ ਦਾ ਤੁਹਾਨੂੰ ਫਾਇਦਾ ਹੀ ਦੱਸ ਦਿਆ ਕੋਈ? ਮੈਂ ਆਖਿਆ ਮੈਂ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਇਹਨਾਂ ਦਰਖਤਾਂ ਨਾਲ ਪਿਆਰ ਕਰਦਾ। ਪਾਕਿਸਤਾਨ ਦੀ ਉਮਰ 75 ਸਾਲ ਹੈ ਅਤੇ ਮੇਰੀ ਉਮਰ 76 ਸਾਲ ਹੈ, ਅਤੇ ਮੈਂ 76 ਸਾਲਾਂ ਤੋਂ ਦਰਖਤਾਂ ਜਿੰਨਾ ਦਰਖਤਾਂ ਨਾਲ ਪਿਆਰ ਕੀਤਾ ਨਾ, ਕਿਸੇ ਚੀਜ਼ ਨਾਲ ਪਿਆਰ ਨਹੀਂ ਕੀਤਾ। ਹੁਣ ਮੈਨੂੰ ਪੁੱਤਰ ਜੀ ਤੁਹਾਨੂੰ ਦੱਸ ਵੀ ਤੂੰ ਕਿੰਨਾ ਕਿਹੜੇ ਦਰਖਤ ਦਾ ਸ਼ੁਰੂ ਕਰਦਾ ਪਹਿਲਾਂ? ਉਹਨੇ ਕਿਹਾ ਬਾਬਾ ਤੂੰ ਅੱਜ ਸਾਨੂੰ ਹੈ ਜਿਹੜਾ ਤੇਰਾ ਦਰਖਤ ਹੈਗਾ, ਤੂੰ ਤਾਂ ਇਹਦੇ ਮੁਤਾਬਕ ਸਾਨੂੰ ਦੱਸ ਦੇ ਕਿ ਇਹ ਇਹਦੇ ਕੋਈ ਫਾਇਦੇ ਹੈਗੇ ਨੇ ਕਿ ਸਵਾਏ ਅਸੀਂ ਉਹ ਜਿਹੜੇ ਉਹਦਾ ਤੂਤ ਮੈਸ ਤੂਤ ਉਹਦੀ ਅਸੀਂ ਖਾਣਾ। ਮੈਂ ਹਾਂ ਪੁੱਤਰ ਤੁਹਾਨੂੰ ਕੀ ਪਤਾ? ਤੁਹਾਨੂੰ ਨਹੀਂ ਪਤਾ, ਤੁਸੀਂ ਪੈਪਸੀ ਬਰਗਰ ਦੀ ਪੈਦਾਵਾਰ ਜੇ ਆਈ ਦੀ, ਤੁਹਾਨੂੰ ਕੀ ਪਤਾ ਕੁਦਰਤੀ ਗਿਜ਼ਾਵਾਂ 'ਚ ਕੀ ਕੁਛ ਹੁੰਦਾ? ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਬੇਟਾ। ਅੱਜ ਮੈਂ ਤੁਹਾਨੂੰ ਉਹ ਚੀਜ਼ਾਂ ਦੱਸਾਂਗਾ, ਉਹ ਫਾਇਦੇ ਦੱਸਾਂਗਾ ਜਿਹਦੇ ਤੁਹਾਡਾ ਇੱਕ ਪਾਈ ਪੈਸਾ ਨਹੀਂ ਲੱਗਣਾ ਇਨਸ਼ਾਅੱਲਾ। ਅਤੇ ਅੱਜ ਉਹੋ ਜਿਹੀਆਂ ਗੱਲਾਂ ਵੀ ਦੱਸਾਂਗਾ ਜਿਹੜੇ ਵੀਡੀਓ ਦੇ ਐਂਡ 'ਤੇ ਤੁਹਾਨੂੰ ਇੰਤਹਾਈ ਕੀਮਤੀ ਗੱਲਾਂ ਵੀ ਦੱਸਿਆ, ਜਿਹਦੇ ਨਾਲ ਤੁਸੀਂ ਸਾਰੀ ਜ਼ਿੰਦਗੀ ਵਾਸਤੇ ਤੁਹਾਡਾ ਨੰਬਰ ਇੱਕ ਪਹਿਲੇ ਕਿੱਡਾ ਵੀ ਪੁਰਾਣਾ ਸਿਰ ਦਰਦ ਹੈ, ਕਿੱਡਾ ਵੀ ਪੁਰਾਣਾ ਸਿਰ ਦਰਦ, ਉਹਦਾ ਬੜਾ ਆਸਾਨ ਤਰੀਕਾ, ਏਡਾ ਆਸਾਨ ਤਰੀਕਾ ਹੈ ਵੀ ਜਿਹਦਾ ਹਿਸਾਬ ਹੀ ਕੋਈ ਨਹੀਂ। ਤੁਸੀਂ ਕੋਈ ਔਲਾ ਪੁੱਜਾ ਲਵੋ, ਉਹਦੇ ਵਿੱਚ ਤੂਤ ਪਾਓ, ਪਹਿਲੇ ਥੱਲੇ ਪੱਤਰ ਰੱਖੋ ਅਤੇ ਤੂਤ ਰੱਖੋ, ਧੋ ਕੇ ਚੰਗੀ ਤਰ੍ਹਾਂ ਰਾਤ ਨੂੰ ਤਰੇਲ 'ਚ ਰੱਖ ਦਿਓ, ਸੁਬਹਾ ਉੱਠੋ ਨਿਹਾਰ ਨੂੰ ਖਾ ਲਓ, ਇਵੇਂ ਪਿਛਲੇ ਟਾਈਮ 4 ਵਜੇ ਫਿਰ ਖਾ ਲਓ, 3 ਵਜੇ ਫਿਰ ਖਾ ਲਓ, ਜਦੋਂ ਰਾਤ ਨੂੰ ਸੌਣਾ। ਆਮ ਪਨਸਾਲਿਆ ਕਰੋ ਮੇਰਾ ਪੁੱਤਰ, ਆਮ ਪਨਸਾਲਿਆ ਕਰੋ ਮੇਰੇ ਭਾਈਓ, ਖਸਖਾਸ ਦਾ ਤੇਲ ਲਵੋ, ਕਢਵਾਉਣਾ ਸਹੀ ਇੱਕ ਨੰਬਰ ਹੈ। ਇਸ ਤਰ੍ਹਾਂ ਉਹਦੇ ਵਿੱਚ ਦੋ ਉਂਗਲਾਂ ਡਬੋਣੀਆਂ ਨੇ, ਐਂ ਪੋਲੀ ਪੋਲੀ ਹੈ ਪੋਲੀ ਪੋਲੀ ਲਾਈ ਜਾਣਾ। ਸਮਝ ਗਏ ਜੇ? ਵੇਖਦੇ ਪਏ ਜੇ? ਇਸ ਤਰ੍ਹਾਂ ਲਾਉਣਾ ਅਤੇ ਠੀਕ ਇੱਕ ਹਫ਼ਤੇ ਬਾਅਦ ਲੜਨ, ਤੁਹਾਡਾ ਡਿਪਰੈਸ਼ਨ ਜ਼ਿਹਨੀ ਦਬਾਓ ਪ੍ਰੈਸ਼ਰ ਜਿੰਨਾ ਵੀ ਹੈ ਉਹ ਰਿਲੀਜ਼ ਹੋ ਜਾਏਗਾ। ਇਹ ਗਰੰਟੀ ਨਾਲ ਮੈਂ ਕਹਿਣਾ ਪਿਆ, ਅੱਜ ਕਰੋ ਅੱਠਾਂ ਦਿਨਾਂ ਬਾਅਦ ਆਉਣਾ ਕਰੋ ਤਾਂ ਕਹਿੰਦਾ ਮੇਰੇ ਕੋਲ, ਤੁਹਾਨੂੰ ਆਪੇ ਪਤਾ ਲੱਗ ਗਿਆ ਕਿ ਬਾਬਾ ਸਹੀ ਕਰ। ਆਈ ਮੇਰੀ ਗੱਲ ਸਮਝ? ਇਸ ਤੋਂ ਅੱਗੇ ਦੂਸਰਾ, ਪੁਰਾਣੇ ਤੋਂ ਪੁਰਾਣਾ ਨਜ਼ਰਾ, ਪੁਰਾਣੇ ਤੋਂ ਪੁਰਾਣਾ ਨਜ਼ਰਾ ਜ਼ੁਕਾਮ ਹੈ, ਜਿਹੜਾ ਠੀਕ ਨਹੀਂ ਹੁੰਦਾ ਉਹਦਾ ਕੀ ਕਰਨਾ ਤੁਸੀਂ ਉਹ ਵੀ ਸੁਣ ਲਓ। ਇਹ ਲੈਣੀਆਂ ਥੋੜ੍ਹਾ ਜਿਹਾ ਛਿਲਕਾ ਲਾ ਲੈਣਾ, ਇਹਨਾਂ ਦੋ ਚੀਜ਼ਾਂ ਨੂੰ ਕੀ ਕਰਨਾ ਹੈ? ਗਰਮ ਪਾਣੀ 'ਚ ਉਬਾਲਣਾ, ਇੰਨਾ ਉਬਾਲੋ ਇੰਨਾ ਉਬਾਲੋ ਕਿ ਉਹਦੀ ਭਾਸ ਸ਼ੁਰੂ ਹੋ ਜਾਏ, ਜਿਸ ਵੇਲੇ ਉੱਤੇ ਕੱਪੜਾ ਲਵੋ ਅਤੇ ਉਹਦੀ ਭਾਸ ਲਵੋ, ਕਿਸਾ ਲੈਣੀ ਕੱਪੜਾ ਪਾਉਣਾ ਉੱਤੇ
लंबे लंबे साह ला लो। पांच मिनट करना है ऐसा, सुबह करना है, दोपहर करना है, शाम को करना, कोई मुश्किल काम नहीं। ताला पाई पैसा भी नहीं लगना। वो चीजा खाओ जिड़िया तुम माफक ने, जिन्हों छिका नहीं आ रहा, नजर नहीं लगता, वो चीजा खाओ। बाकी दे चंद प्रेर करना, परहेज भी कोई नहीं। देखो भारिया भारिया फीसा तो बच जाओगे, डॉक्टर फीसा तो बच जाओगे, वो जो पैसे थोड़े को मिलने तुम बचन। बुले शाह जे इट खड़के ते दुकड़ वजे ते तत्ता हो चिल्ला, आन फकीर ते खा खा जावन ते राजी हो बुला। वो लंगर खुआओ लोगों को, किसे गरीब नूं खा दिओ। जरा दस बीस हजार फीसा दे दवाइया दे टैस्टा दे नाल जे तजर्बा मेरा कर लो, ये वेख लो, अगर तुहानूं फायदा नहीं बेशक ना करना। जो फायदा होने लग पाया तो फिर मुसलसल दो महीने तीन महीने का सीजन होता तोता का, वो खाते रहो, तुम आप पता लग जा। जिन्ना दे टाइमो पहले बच्चिया उम्र के बच्चे सियाने की उम्र बाल है, मेरे तो चिट्टे हो गए ना, 75 साल का 78 साल का हो गए, जिन्ना के टाइमो पहले हो जाते उन्हें की करना। ये सोचने की गल है भी उन्हें की करना, बारा वास्ते की करना। गौर ना सुनो, शतूत तूत उनके पत्ते ते अंजीर के पत्ते, उन्हें बराबर लैना, उन्हें रगड़ना ते सिर ते ला लेना और डेली लाना, मसलसल ला देना। वो माशाल्लाह तेरे बाल चंगे तगड़े हो जाएंगे, रेशमदार हो जाएंगे, चमकदार हो जाएंगे, और ये नाल नाल काले भी हो जाए, रोने शुरू हो जाएंगे। ये वो गल्लां ने जिहड़ियां तुहानूं कितों नहीं मिलनियां, नहीं तो वेख लो अजमा के। ये सिर्फ बाबा ही तुम दस सकता, इन अजमाओ वेखो। मेरिया वो धिया वो पैरा जिन्हों के वाल झड़ते ने अजमावन, वो इन वेखन तजर्बा कर, पता लग जाएगा किन्ना कमाल है। अल्लाह ने अपने कुदरती दरख्तों के विच की कुछ रखे है। मैं 2 साल भी लगा रहा ना तो सारे दरख्तों की तुहानू वीडियो बना के नहीं दस सकता। मैं बुढ़ा बंदा 5 मिनट बोल लागा, 6 मिनट बोल लागा, ये तो इन मैं बात बदलने तो क्या है कि मियाँ इनू उर्दू च भी दस, इन अंग्रेजी च भी दस, ताकि जिन्हें पंजाबी नहीं समझते वह भी समझ जा। क्योंकि मेरा तो कसूर है कि मैं भाई जा मां जाई नू नहीं छड़ना, मैं पंजाबी च ही गल करनी तो पंजाबी च ही बोलना है। लो जेड़े बच्चे दे पेट बढ़ जाते, पेट च कीड़े ने, पेट च कीड़े ने, पेट बढ़ जाता, बच्चे जिद करते रिहाट करते ने, बार बार मावां नूं अगे लाई रखते। की करना तुछ? कुछ नहीं करना। तो बच्चे नूं दो दाने फड़ाओ, शायद वगैरह मिठे तूत ओखा बस सारा पा दे थोड़ा थोड़ा। हर चीज की ज्यादा बुरी होती, थोड़ा थोड़ा खुआ, थोड़ा खुआ दो, घाटे पास फिर थोड़ा जहा खुआ दो, फिर घाटे पास खुआ दो,
ਮੁਸਲਸਲ ਖਵਾਉਂਦੇ ਰਹੋ। ਧੂਪ ਦੇ ਸੀਜ਼ਨ ਦੇ ਵਿੱਚ ਹੀ ਇਨਸ਼ਾਅੱਲਾ ਤੁਹਾਡੇ ਬੱਚੇ 100% ਸਹੀ ਹੋ ਜਾਣਗੇ, ਇਹ ਮੇਰੀ ਗਰੰਟੀ ਹੈ, ਇਹ ਬਾਬੇ ਦੀ ਗਰੰਟੀ ਹੈ, ਇਹ ਮੇਰਾ 76 ਸਾਲ ਦਾ ਤਜਰਬਾ ਬੋਲਦਾ, ਮੈਂ ਨਹੀਂ ਬੋਲਦਾ। ਮੇਰੀ ਗੱਲ ਸਮਝ ਆਉਂਦੀ ਵੀ ਤੁਹਾਨੂੰ? ਜਿੰਨੇ ਮਸਾਲੇ ਦੀ ਗਰਮੀ ਹੈ ਉਹਨੇ ਕੀ ਕਰਨਾ, ਕੁਛ ਨਹੀਂ ਕਰਨਾ, ਸਿਰਫ ਦੋ ਧੋਣ ਲੈਣੇ, ਸਫੈਦ ਖਾ ਲਓ, ਕਾਲੇ ਖਾ ਲਓ, ਜਿਹੜਾ ਚੰਗਾ ਲੱਗੇ ਉਹ ਖਾ ਲਓ, ਪਾਈਆ ਸੁਬਾਹ ਦੁਪਹਿਰ ਸ਼ਾਮ ਖਾਂਦੇ ਰਹੋ। ਜਿਹੜੇ ਨਹੀਂ ਖਾ ਸਕਦੇ ਉਹ ਇਹਦਾ ਸ਼ਰਬਤ ਬਣਾ ਕੇ ਪੀਤੀ ਜਾਣ, ਉਵੇਂ ਨਹੀਂ ਬਣਾਉਣਾ ਜਿਵੇਂ ਯੂਟਿਊਬ ਵਾਲੇ ਦੱਸਦੇ, ਦੂਜੇ ਤੀਜੇ ਦੱਸਦੇ ਨੇ, ਉਸ ਤਰ੍ਹਾਂ ਨਹੀਂ ਬਣਾਉਣਾ, ਉਸ ਤਰ੍ਹਾਂ ਬਣਾਉਣਾ ਜਿਵੇਂ ਮੈਂ ਦੱਸਾਂ। ਤੁਹਾਡੀ ਮਰਜ਼ੀ ਅਮਲ ਕਰੋ, ਮਰਜ਼ੀ ਨਾ ਕਰੋ, ਮਰਜ਼ੀ ਵੀਡੀਓ ਵੇਖੋ, ਮਰਜ਼ੀ ਨਾ ਵੇਖੋ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਆਪਣੀ ਜਾਤ ਵਾਸਤੇ ਨਹੀਂ ਕਰਦਾ ਪਿਆ। ਮੈਨੂੰ ਬੱਚੇ ਨੇ ਕਿਹਾ ਕਿ ਆਪਣੇ 76 ਸਾਲਾਂ ਦਾ ਤਜਰਬਾ ਸ਼ੇਅਰ ਕਰੋ, ਖਰੇ ਲੋਕਾਂ ਦਾ ਕੋਈ ਭਲਾ ਹੋ ਜਾਵੇ। ਇਹ ਜੈਂਡਰ ਜਿਗਰ, ਕਾਲਾ ਜੁਗਾ, ਦੂਜਾ ਜੁਗਾ, ਦੂਜਾ ਜੁਗਾ, ਇਹ ਕੀ ਹੈ? ਅਸੀਂ ਤਾਂ ਨਹੀਂ ਵੇਖਿਆ ਕਦੀ ਅੱਜ ਤੇਰੀ ਕਾਲ, ਅਸੀਂ ਤਾਂ ਨਹੀਂ ਹਾਰਟ ਅਟੈਕ ਦੇ ਮਰੀਜ਼ ਵੇਖੇ। ਅੱਜ ਆਰਤੀਜਾ ਬੰਦਾ ਸਟੈਂਡ ਪਵਾਉਂਦਾ ਫਿਰਦਾ, ਆਰਤੀਜਾ ਬੰਦਾ ਜਿਗਰ ਸਟੈਂਡ ਪਵਾਉਂਦਾ ਫਿਰਦਾ, ਔਰ ਚੌਥਾ ਬੰਦਾ ਪਿਤਾ ਬੁਲਾ ਬੈਠਾ। ਇਹ ਕਰਕੇ ਵੇਖੋ ਇਹਦੀ ਗਰਮੀ ਕਿਵੇਂ ਠੀਕ ਹੋਣੀ। ਤੂਤ ਖਾਣਾ ਤੁਸੀਂ ਰਾਤ ਨੂੰ ਕੋਲੇ ਕੁਝ ਪਾਓ, ਉਹਨੂੰ ਪੱਤਲਿਆਂ ਸਮੇਤ ਪਾ ਕੇ ਰੱਖੋ ਬਾਹਰ, ਸਵੇਰੇ ਉੱਠ ਕੇ ਖਾਓ, ਦੁਪਹਿਰ ਨੂੰ ਵੀ ਖਾਓ, ਸ਼ਾਮ ਨੂੰ ਵੀ ਖਾਓ। ਉਹਦੇ ਨਾਲ ਇੱਕ ਸਾਦਾ ਖਮੀਰਾ ਗੋਲ ਮੇਰਾ ਦਰਦ ਦਾ ਲੈ ਲਓ, ਕੜਛੀ ਦਾ ਲੈ ਲਓ, ਇੱਕ ਚਮਚੀ ਸਵੇਰੇ ਸ਼ਾਮ ਨੂੰ ਖਾ ਲਓ, ਬਸ। ਕਿਸੇ ਦਵਾਈ ਦੀ ਲੋੜ ਨਹੀਂ, ਕੋਈ ਟੈਸਟ ਕਰਾਉਣ ਦੀ ਲੋੜ ਨਹੀਂ, ਕਿਤੇ ਚੈੱਕ ਕਰਾਉਣ ਦੀ ਲੋੜ ਨਹੀਂ, ਕੁਛ ਕਰਨ ਦੀ ਲੋੜ ਨਹੀਂ। ਇੱਕ ਮਹੀਨੇ ਬਾਅਦ ਉਹਦਾ ਰਿਜ਼ਲਟ ਲੈ ਲਓ, ਤੁਹਾਨੂੰ ਆਪੇ ਪਤਾ ਲੱਗ ਜਾਏਗਾ। ਜਿਗਰ ਤੁਹਾਡਾ ਇਸ ਤਰ੍ਹਾਂ ਹੋ ਜਾਏਗਾ ਜਿਵੇਂ ਅਸੀਂ ਏਸੀ ਦਾ ਫਿਲਟਰ ਕੱਢ ਕੇ ਧੋਣੇ ਆ ਨਾ, ਇਸ ਤਰ੍ਹਾਂ ਬਿਲਕੁਲ ਨਵਾਂ ਨਕੋਰ ਹੋ ਜਾਏਗਾ। ਤਜਰਬਾ ਕਰੋ। ਜਿਹੜੇ ਮੇਰੇ ਵੀਰ ਭਾਈ ਪੈਰਾ ਮਾਂ ਪਿਓ ਭੈਣਾਂ ਭਰਾ ਜਿਹੜੇ ਵਡੇਰੀ ਉਮਰ 'ਚ ਹੋ ਜਾਂਦੇ ਨੇ, ਉਹਨਾਂ ਨੂੰ ਕਬਜ਼ ਬੜਾ ਤੰਗ ਕਰਦੇ, ਇੰਨਾ ਤੰਗ ਕਰਦੀ ਹੈ ਕਿ ਉਹ ਵਿਚਾਰੇ ਪਰੇਸ਼ਾਨ ਹੋ ਜਾਂਦੇ। ਉਹਨਾਂ ਕੁਛ ਨਹੀਂ ਕਰਨਾ, ਸਿਰਫ ਤੂਤ ਖਾਣਾ ਪਾਈਆ ਸੁਬਹਾ ਦੁਪਹਿਰ ਸ਼ਾਮ, ਮਿੱਠਾ ਸ਼ਹਿਦ ਵਗੈਰਾ। ਅਤੇ ਕੀ ਕਰਨਾ, ਉਸ ਤੋਂ ਬਾਅਦ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਨਿੰਬੂ ਨਿਚੋੜਨਾ ਅਤੇ ਉਹ ਪੀ ਲੈਣਾ। ਹੈ ਤਾਂ ਮਜ਼ੇ ਵਾਲੀ ਗੱਲ ਹੈ, ਸਾਰੇ ਦਿਨ 'ਚ 3 ਨਿੰਬੂ ਪਾਣੀ ਦੇ ਵਿੱਚ ਨਿਚੋੜ ਕੇ ਪੀਣਾ, ਦਿੰਦਾ ਉਹ ਖਾ ਲਓ। ਹੁਣ ਆਖਰੀ ਗੱਲ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਬੜੀ ਕੀਮਤੀ, ਅਤੇ ਬਾਅਦ 'ਚ ਦੱਸਾਂਗਾ। ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਨੂੰ ਤਕਲੀਫਾਂ, ਉਹਨਾਂ ਵੀ ਖਾਣਾ, ਉਹਨਾਂ ਕਿਹੜਾ ਖਾਣਾ, ਉਹਨਾਂ ਨੇ ਸਫੈਦ ਤੂਤ ਨਹੀਂ ਖਾਣਾ, ਉਹ ਤਾਂ ਮਿੱਠਾ ਬੜਾ ਹੁੰਦਾ, ਉਹਨਾਂ ਨੇ ਕਾਲਾ ਤੂਤ ਖਾਣਾ, ਖੱਟਾ ਹੈ ਅਤੇ ਮਿੱਠਾ ਹੈ, ਉਹ ਖਾਣਾ। ਅਤੇ ਜਦੋਂ ਖਾਣਾ ਫੌਰਨ ਬਾਅਦ ਇੱਕ ਗਲਾਸ ਪਾਣੀ ਦਾ, ਇੱਕ ਉਹਦੇ ਨਿੰਬੂ ਨਿਚੋੜੇ, ਉਹ ਪੀ ਲਵੇ, ਸ਼ੂਗਰ ਲੈਵਲ ਬਿਲਕੁਲ ਸੈੱਟ ਰਹੇਗਾ। ਇਹ ਨਹੀਂ ਹੈਗਾ ਕਿ ਸ਼ੂਗਰ ਸਮਾਨਾਂ ਨੂੰ ਲੱਗ ਜਾਏਗੀ, ਨਾ, ਉੱਥੇ ਲੈਗਾ ਇੱਕ ਗਲਾਸ ਇੱਕ ਟਾਈਮ 'ਚ ਪਾਣੀ ਦਾ, ਨਿੰਬੂ ਦਾ। ਅਤੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਅੱਧ ਭਾਅ ਪਾਈਆ ਦੁੱਧ ਇੱਕ ਟਾਈਮ 'ਤੇ ਖਾਣਾ ਅਤੇ ਕਾਲਾ ਖਾਣਾ, ਇਹ ਗੱਲ ਜ਼ਿਹਨ 'ਚ ਰੱਖਣਾ, ਜ਼ਿਆਦਾ ਨਹੀਂ ਖਾਣਾ। ਅੱਲਾ ਇਜਾਜ਼ਤ ਤੁਹਾਨੂੰ ਮੈਨੂੰ ਸਾਰਿਆਂ ਨੂੰ ਆਪਣੇ ਮਾਨ 'ਚ ਰੱਖੇ, ਅਤੇ ਮੇਰੀ ਦੁਆ ਹੈ ਕਿ ਅਸੀਂ ਸਾਰੇ ਸਿੱਧੇ ਰਸਤੇ 'ਤੇ ਚੱਲੀਏ। ਆਖਰੀ ਆਖਰੀ ਲਫ਼ਜ਼, ਆਖਰੀ
ਜਿਹੜਾ ਬਹੁਤ ਜ਼ਰੂਰੀ ਹੈ। ਅੱਲਾ ਜਾ ਸਾਡੇ ਜਰਨੈਲਾਂ ਨੂੰ, ਜੱਜਾਂ ਨੂੰ, ਹਕੂਮਤ ਪਾਕਿਸਤਾਨ ਦੇ ਜਿੰਨੇ ਅਸੀਂ ਗੁਲਾਮ ਹਾਂ ਉਹਨਾਂ ਦੇ, ਪਹਿਲੇ ਅੰਗਰੇਜ਼ ਦੇ ਗੁਲਾਮ ਸਾਂ, ਹੁਣ ਅਸੀਂ ਉਹਨਾਂ ਦੇ ਗੁਲਾਮ। ਅੱਲਾ ਇਜਾਜ਼ ਉਹਨਾਂ ਨੂੰ ਸਿੱਧਾ ਰਸਤਾ ਪਾਵੇ। ਇਹ ਪਾਕਿਸਤਾਨ ਜਦੋਂ ਬਣਿਆ ਸੀ, ਅੱਲਾ ਇਜਾਜ਼ ਸਾਨੂੰ ਸਾਰਿਆਂ ਨੇ ਸੁਭਾਅ ਰੱਖਿਆ।